ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰੇ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਮਾਰਟਫੋਨ ਦੇਣ ਦੇ ਵਾਅਦੇ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਵੀਡੀਓ ਕਾਨਫਰੰਸਿੰਗ ਦੌਰਾਨ ਮੋਗਾ ਵਿਖੇ 16 ਮੋਬਾਈਲ ਫੋਨ ਪਲੱਸ 2 ਦੇ ਵਿਦਿਆਰਥੀਆਂ ਨੂੰ ਵੰਡੇ ਗਏ। ਇਸ ਮੌਕੇ ਤੇ ਮੋਗਾ ਦੇ ਡੀਸੀ ਸੰਦੀਪ ਹੰਸ, ਐਸਐਸਪੀ ਹਰਮਨਬੀਰ ਸਿੰਘ ਗਿੱਲ, ਵਿਧਾਇਕ ਧਰਮਕੋਟ ਸੁਖਜੀਤ ਸਿੰਘ, ਕਾਕਾ ਲੋਹਗੜ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ। ਇਸ ਮੌਕੇ ਤੇ ਡੀਸੀ ਮੋਗਾ ਅਤੇ ਐਸਐਸਪੀ ਮੋਗਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਮਾਰਟਫੋਨ ਵੰਡੇ ਜਾਣਾ ਵਾਕਈ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਮੋਗਾ ਵਿੱਚ 6400 ਸਮਾਰਟਫੋਨ ਵੰਡੇ ਜਾਣੇ ਹਨ, ਜਿਸ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ। ਜਿਹੜਾ ਕਿ ਸਰਕਾਰ ਦਾ ਮੈਨੀਫੈਸਟੋ ਸੀ ਕਿ ਇਹ 12ਵੀਂ 11ਵੀਂ ਔਰ 12ਵੀਂ ਕਲਾਸ ਦੇ ਬੱਚਿਆਂ ਨੂੰ ਗਵਰਨਮੈਂਟ ਸਕੂਲ 'ਚ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਇਹ ਸਮਾਰਟਫੋਨ ਦੇਣਾ ਹੈ, ਜਿਹਦੇ ਵਿੱਚ ਸਾਰੀਆਂ ਐਪਸ ਵੀ ਹੋਣਗੀਆਂ ਔਰ ਉਹਨਾਂ ਦਾ ਜਿਹੜਾ ਈ ਕੰਟੈਂਟ ਹੋਏਗਾ ਸਕੂਲਾਂ ਵਿੱਚ, ਜਿਹੜਾ ਗਵਰਨਮੈਂਟ ਸਕੂਲ 'ਚ ਉਹ ਵੀ ਵਿੱਚ ਮੁਹੱਈਆ ਕਰਾਇਆ ਜਾਏਗਾ ਔਰ ਇਹ ਬੜਾ ਇਹਨਾਂ ਨੂੰ ਲੌਂਗ ਰਨ 'ਚ ਬਹੁਤ ਫਾਇਦੇਮੰਦ ਸਾਬਤ ਹੋਏਗਾ। ਇਹ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਸ ਦੌਰਾਨ ਕਰੋਨਾ ਆ ਜਾਏਗਾ। ਸੋ ਕਰੋਨਾ ਆਉਣ ਦੇ ਕਾਰਨ ਇਹ ਔਨਲਾਈਨ ਕਲਾਸਿਸ ਵੀ ਇਹਨਾਂ ਦੀਆਂ ਸਟਾਰਟ ਹੋਈਆਂ। ਸੋ ਜਿਨ੍ਹਾਂ ਬੱਚਿਆਂ ਕੋਲ ਇਹ ਸੁਵਿਧਾ ਜਿਹੜੀ ਨੈੱਟ ਦੀ ਸੁਵਿਧਾ ਜਾਂ ਲੈਪਟੋਪ ਜਾਂ ਡੈਸਕਟੋਪ ਨਹੀਂ ਸੀ, ਉਹਨਾਂ ਵਾਸਤੇ ਇਹ ਫੈਸਿਲਿਟੀ ਇਹ ਫੋਨ 'ਤੇ ਅਵੇਲ ਕਰਨ ਦਾ ਇੱਕ ਬੜਾ ਹੀ ਬਹੁਤ ਵੱਡਾ ਇਹ ਸਰਕਾਰ ਦਾ ਉਪਰਾਲਾ ਹੈ ਔਰ ਇਹਦੇ ਰਿਜ਼ਲਟ ਸਾਹਮਣੇ ਆਉਣਗੇ। ਸੋ ਪੂਰੇ ਅਗਰ ਆਪਾਂ ਪੰਜਾਬ ਰਾਜ ਦੀ ਗੱਲ ਕਰੀਏ ਤਾਂ 1,74,000 ਬੱਚੇ ਜਿਹੜੇ ਕਿ 12ਵੀਂ ਕਲਾਸ 'ਚ ਪੜ੍ਹਦੇ ਹਨ, 12ਵੀਂ ਕਕਸ਼ਾ 'ਚ, ਅਤੇ ਉਹ ਇਹਦਾ ਉਹਨਾਂ ਨੂੰ ਬੈਨੀਫਿਟ ਮਿਲੇਗਾ ਔਰ ਬਜਟ ਵਿੱਚ 92 ਕਰੋੜ ਰੁਪਏ ਦਾ ਪ੍ਰੋਵੀਜ਼ਨ ਰੱਖਿਆ ਗਿਆ ਇਹ ਜਿਹੜਾ ਲਾਭਦਾਇਕ ਫੋਨ ਸਮਾਰਟਫੋਨ ਇਹਦੀ ਖਰੀਦ ਕਰਨ ਵਾਸਤੇ। ਜਿਵੇਂ ਹੁਣ ਕੋਵਿਡ-19 ਦੀ ਜਿਹੜੀ ਮਹਾਂਮਾਰੀ ਚੱਲ ਰਹੀ ਆ, ਓਬੀਅਸ ਆ ਆਪਾਂ ਸਾਰਿਆਂ ਨੂੰ ਪਤਾ ਆਪਣੇ ਵੀ ਬੱਚੇ ਜਿਹੜੇ ਅੱਜ ਕੱਲ੍ਹ ਔਨਲਾਈਨ ਐਜੂਕੇਸ਼ਨ ਜਿਹੜੀ ਉਹ ਲੈ ਰਹੇ ਆ। ਸੋ ਜਿਹੜੇ ਗਰੀਬ ਬੱਚੇ ਸੀ ਉਹਨਾਂ ਦੇ ਘਰਾਂ ਦੇ ਵਿੱਚ ਸਮਾਰਟਫੋਨ ਨਹੀਂ ਹੁੰਦੇ, ਕਿਉਂਕਿ ਕਈ ਲੇਬਰ ਕਲਾਸ ਦੇ ਨਾਲ ਜਾਂ ਹੋਰ ਗਰੀਬ ਜਿਹੜੇ ਪੇਰੈਂਟਸ ਹੈਗੇ ਆ ਉਹ ਬੱਚਿਆਂ ਨੂੰ ਇਹ ਫੈਸਿਲਿਟੀ ਪ੍ਰੋਵਾਈਡ ਨਹੀਂ ਸੀ ਕਰ ਸਕਦੇ। ਲੈਪਟੋਪ ਅਤੇ ਕੰਪਿਊਟਰ ਜਿਹੜੇ ਡੈਸਕਟੋਪ ਉਹ ਤਾਂ ਇਹਨਾਂ ਵਾਸਤੇ ਬਹੁਤ ਦੂਰ ਦੀ ਗੱਲ ਸੀ। ਸੋ ਆਈ ਫੀਲ ਕਿ ਜਿਹੜਾ ਸਰਕਾਰ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਜੀ ਦਾ, ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਜਿਹੜਾ ਗਰੀਬ ਲੋਕਾਂ ਵਾਸਤੇ ਗਰੀਬ ਬੱਚਿਆਂ ਵਾਸਤੇ ਸੋਚਿਆ, ਐਂਡ ਇਹ ਬਹੁਤ ਵਧੀਆ ਇੱਕ ਅੱਜ ਦੀ ਇਵੈਂਟ ਸੀਗੀ। ਔਰ ਆਈ ਐਮ ਸ਼ੋਰ ਕਿ ਜਿਹੜਾ ਕੋਵਿਡ-19 ਦੇ, ਕਿਉਂਕਿ ਇਹ ਪਤਾ ਨਹੀਂ ਕਿੰਨਾ ਚਿਰ ਮਹਾਂਮਾਰੀ ਚੱਲਣੀ, ਬੱਚਿਆਂ ਦੀ ਜਿਹੜੀ ਐਜੂਕੇਸ਼ਨ ਇਹਦੇ ਨਾਲ ਜਿਹੜੀ ਐਡਵਰਸ ਇਫੈਕਟ ਹੋਣੋਂ ਬਚ ਗਈ ਹੈ। ਔਰ ਇਹਦੇ ਨਾਲ ਹੋਰ ਵੀ ਵੱਡੀ ਗੱਲ ਇਹ ਆ ਕਿ ਇੱਕ ਸੈਂਸ ਆਫ ਸਿਕਿਉਰਿਟੀ ਵੀ ਬੱਚਿਆਂ 'ਚ ਆ ਜਾਂਦੀ ਹੈ। ਇਸ ਮੌਕੇ ਵਿਧਾਇਕ ਕਾਕਾ ਲੋਹਗੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਵਾਅਦਾ ਅੱਜ ਪੂਰਾ ਹੋ ਚੁੱਕਾ ਹੈ, ਚਾਹੇ ਇਸ ਵਿੱਚ ਥੋੜੀ ਦੇਰ ਜ਼ਰੂਰ ਹੋਈ ਹੈ, ਪਰ ਸਰਕਾਰ ਨੇ ਆਪਣਾ ਵਾਅਦਾ ਜ਼ਰੂਰ ਪੂਰਾ ਕੀਤਾ ਹੈ। ਅਸੀਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਉਹਨਾਂ ਦੇ ਨਾਲ ਰਾਣਾ KPG ਸਪੀਕਰ ਸਾਹਿਬ, ਡਿਪਟੀ ਸਪੀਕਰ ਸਾਹਿਬ ਅਤੇ ਸਾਡੇ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ, ਜਿਨ੍ਹਾਂ ਨੇ ਇਹ ਜਿਹੜਾ ਵਾਅਦਾ ਜਿਹੜਾ ਹੈਗਾ, ਆਪਾਂ ਨੂੰ ਪਤਾ ਵੀ ਅੱਜ ਜਿਹੜਾ ਵਾਅਦੇ ਜਿਹੜੇ ਨਿਭਾਉਣੇ ਆ ਇਸ ਟਾਈਮ ਦੇ ਵਿੱਚ ਬੜੇ ਔਖੇ ਆ, ਕਿਉਂ ਕਰੋਨਾ ਦੀ ਬਹੁਤ ਵੱਡੀ ਮਾਰ ਹੈਗੀ ਆ ਅਤੇ ਸਾਡਾ ਜਿਹੜਾ ਹੈਗਾ, ਪਰ ਇਹਨਾਂ ਨੇ ਜੋ ਵਾਅਦੇ ਜੋ ਕੈਪਟਨ ਸਾਹਿਬ ਕਹਿੰਦੇ ਆ ਉਹ ਕਹਿਣੀ ਅਤੇ ਕਰਨੀ ਦੇ ਪੂਰੇ ਆ। ਉਹਨਾਂ ਨੇ ਜੋ ਵਾਅਦਾ ਕੀਤਾ ਸੀ ਲੈਕਚਰਾਂ ਦੌਰਾਨ ਉਹ ਸਾਰੇ ਜਿਹੜਾ ਵਾਅਦਾ ਇਹ ਪੂਰਾ ਹੋ ਚੁੱਕਾ। ਆਪਾਂ ਨੂੰ ਪਤਾ ਵੀ ਅੱਜ ਜਿਹੜਾ ਬੱਚੇ ਸਾਡੇ ਘਰ ਬੈਠੇ ਆ, ਪੜ੍ਹਾਈ ਦਾ ਬੜਾ ਮੁਸ਼ਕਲ ਸੀਗਾ, ਪਰ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਜਿੰਨੇ ਵੀ ਸਕੂਲ 11ਵੀਂ ਅਤੇ 12ਵੀਂ ਦੇ ਬੱਚੇ ਆ ਉਹਨਾਂ ਨੂੰ ਸਮਾਰਟ ਫੋਨ ਜਿਹੜੇ ਦਿੱਤੇ ਜਾਣੇ ਆ, ਪਲੱਸ 2 ਵਾਲੇ ਬੱਚੇ ਜਿਹੜੇ ਉਹਨਾਂ ਨੂੰ ਹੁਣ ਦਿੱਤੇ ਜਾਣਗੇ, ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਬਾਅਦ 'ਚ ਦਿੱਤੇ ਜਾਣਗੇ ਦੂਜੇ ਵਾਰ ਅਤੇ। ਪਰ ਅਸੀਂ ਇਹ ਧੰਨਵਾਦ ਕਰਦੇ ਹਾਂ ਸਾਰੀ ਹੀ ਕੈਬਨਿਟ ਦਾ ਵੀ ਇਹ ਬਹੁਤ ਹੀ ਵਧੀਆ ਇੱਕ ਫੈਸਲਾ ਬੜੇ ਮੌਕੇ 'ਤੇ ਲਿਆ ਗਿਆ ਅਤੇ ਇਹ ਬੱਚਿਆਂ ਨੂੰ ਸਾਡੇ ਆ ਜਿਹੜੇ ਬੱਚੇ ਜਿਹੜੇ ਉਹ ਪੜ੍ਹਾਈ ਤੋਂ ਬੜੀ ਅਖਿਆਈ ਸੀ ਉਹਨਾਂ ਨੂੰ, ਪਰ ਹੁਣ ਇਹਦੇ ਨਾਲ ਉਹ ਪੜ੍ਹਾਈ ਦਾ ਜਿਹੜਾ ਇਹਨਾਂ ਨੂੰ ਬਹੁਤ ਸੌਖਾ ਹੋ ਗਿਆ, ਘਰ ਬੈਠੇ ਆਪਦੀ ਪੜ੍ਹਾਈ ਕਰਨਗੇ। ਉਹਨਾਂ ਦੇ ਇਕੱਲੇ ਬੱਚੇ ਨਹੀਂ, ਮਾਤਾ ਪਿਤਾ ਵੀ ਬੜੇ ਚਿੰਤਾ ਦੇ ਵਿਸ਼ੇ ਸੀਗੇ ਵੀ ਸਾਡੇ ਜਿਹੜੇ ਬੱਚੇ ਆ ਘਰ ਬੈਠੇ ਆ ਵੀ ਇਹਨਾਂ ਦੀ ਪੜ੍ਹਾਈ ਦਾ ਕੀ ਬਣੂਗਾ। ਪਰ ਅੱਜ ਇੱਕ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਵਧੀਆ ਅੱਜ ਜਿਹੜਾ ਟਾਈਮ ਸਿਰ ਜਿਹੜਾ ਇਹ ਫੈਸਲਾ ਲਿਆ ਅਤੇ ਤਾਂ ਕਿ ਜਿਹੜੇ ਬੱਚੇ ਜਿਹੜੇ ਸਾਡੇ ਆ ਉਹ ਅੱਗੇ ਪੜ੍ਹ ਸਕਣ। ਐਮਐਲਏ ਸਾਹਿਬ, ਵਿਰੋਧੀ ਧਿਰ ਵੱਲੋਂ ਹਮੇਸ਼ਾ ਸਮਾਰਟਫੋਨ ਨੂੰ ਲੈ ਕੇ ਘਿਰਿਆ ਗਿਆ, ਤੁਹਾਨੂੰ ਸਰਕਾਰ ਨੂੰ ਘਿਰਿਆ ਗਿਆ, ਲੱਗਦਾ ਕਿ ਕਾਫੀ ਟਾਈਮ ਲੱਗ ਗਿਆ, 3 ਸਾਲ? ਦੇਖੋ ਜੀ, 3 ਸਾਲ ਲੱਗ ਗਏ, ਵਿਰੋਧੀਆਂ ਦਾ ਤਾਂ ਕੰਮ ਹੀ ਇਹ ਆ, ਉਹਨਾਂ ਨੇ ਤਾਂ ਇਹ ਕੰਮ ਕਰਨਾ ਹੀ ਹੁੰਦਾ। ਹੁਣ ਵੀ ਤੁਸੀਂ ਜਾ ਕੇ ਦੇਖੋ, ਮੈਂ ਦੂਜੇ ਪਾਸੇ ਜਾਣਾ ਨਹੀਂ ਚਾਹੁੰਦਾ, ਮੈਂ ਸਿਰਫ ਸਮਾਰਟਫੋਨ 'ਤੇ ਹੀ ਬੋਲਣਾ ਚਾਹੁੰਦਾ, ਪਰ ਦੂਜੇ ਪਾਸੇ ਉਹ ਗੱਲਾਂ ਕਰਦੇ ਆ ਕਹਿੰਦੇ ਜੀ ਕੋਈ ਇਹ ਵਿਕਾਸ ਦੇ ਕੰਮ ਨਹੀਂ ਹੋ ਰਹੇ। ਪਰ ਮੈਂ ਤੁਹਾਨੂੰ ਵਾਅਦਿਆਂ ਇੱਥੋਂ ਅੱਜ ਵਿਸ਼ਵਾਸ ਦਿਵਾਉਣਾ, ਇੱਥੇ ਸਾਰਾ ਦੱਸਦਾ ਵੀ ਕਿਸੇ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਵੇਖੋ ਵੀ ਵਿਕਾਸ ਹੋ ਰਿਹਾ ਕਿ ਨਹੀਂ ਹੋ ਰਿਹਾ। ਜਿਸ ਟਾਈਮ ਦੇ ਉੱਤੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਆ, ਇਹ ਗੱਲਾਂ ਬਹੁਤ ਕੀਤੀਆਂ ਵਿਰੋਧੀਆਂ ਨੇ, ਪਰ ਕੰਮ ਜਿਹੜੇ ਆ ਹੁਣ ਹੋ ਰਹੇ ਆ। ਮੈਂ ਨਹੀਂ ਕਹਿ ਰਿਹਾ, ਪਿੰਡਾਂ 'ਚ ਜਾ ਕੇ ਪਤਾ ਕਰੋ, ਲੋਕ ਬੋਲ ਰਹੇ ਆ।
इस उपरांत स्मार्टफोन प्राप्त कर चुके विद्यार्थियों वालों भी मुख्यमंत्री कैप्टन अमरिंदर सिंह का तय दिल तो धन्यवाद किया गया। जी मेरा नाम संदीप कौर है, मैं गवर्नमेंट सीनियर सेकेंडरी स्कूल निहाल सिंह वाला प्लस टू क्लास की विद्यार्थी हाँ। स्मार्टफोन दिए गए हैं सरकार वालों, की कहना चाहोगे? असं सरकार का, पंजाब सरकार का बहुत दिलों धन्यवाद करना चाहते हैं कि उन्होंने इस मुश्किल के COVID-19 के चलते साड़ी पढ़ाई के लिए सानू स्मार्टफोन पे किए आ। बच्चों भी चाहिए कि इन्हों यूज सही ढंग कर, ना कि इन्हों करके गलत यूज कर इन्हों, तो वधिया असं ऑनलाइन पढ़ाई कर सकते हैं। इन्हों बहुत विपता होंगी सी जी, फोन तो बिना कभी किसी को जाना पैंता, कभी किसी को जाना पैंता से, हुण रेगूलर पढ़ाई कर सकते, रेगूलर काम सेंड कर सकते हैं। माई नेम इज़ अमनदीप कौर, आई स्टडी इन प्लस टू कॉमर्स क्लास, माई स्कूल नेम इज गवर्नमेंट गर्ल सीनियर सेकेंडरी स्कूल मोगा। मैं मुख्यमंत्री कैप्टन साहब का बहुत धन्यवाद करना चाहती हाँ कि उन्होंने बच्चों को स्मार्टफोन दिए ने, क्योंकि इन्होंने स्मार्टफोन की वजह के नाल बच्चे अपनी ऑनलाइन स्टडी कंटिन्यू कर सकेंगे, तो अपनी स्टडी भविष्य में आने वास्ते बहुत वधिया काम कर सकेंगे। ऑनलाइन स्टडी कितनी कारगर सिद्ध होगी स्मार्टफोन? स्मार्टफोन की वजह ना जिहड़े बच्चे नहीं पढ़ सकते सन घर, जिन्हों के स्मार्टफोन नहीं सन गरीब सन, वो हुण कैप्टन साहब की सहायता दिते हुए स्मार्टफोन की सहायता नाल पढ़ सकेंगे, तो अपना ऑनलाइन काम पूरा करके अपने टीचरों नूं स्टडी सेंड कर सकेंगे। पंजाब दर्पण न्यूज़ लई जिला मोगा तो राम शर्मा अते गुरदेव खुराना की विशेष रिपोर्ट।